ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ ਹੋ ਸਾਰੇ? ਮੈਂ ਨਾ ਇੱਕ ਵਲੋਗ ਬਣਾਇਆ ਸੀਗਾ ਜਦੋਂ ਅਸੀਂ ਇੱਥੋਂ ਬਠਿੰਡੇ ਤੋਂ ਪਿੰਡ ਜਾ ਰਹੇ ਸੀਗੇ, ਅਤੇ ਉਹ ਵਲੋਗ ਮੈਂ ਅੱਜ ਪਾਉਣ ਲੱਗਿਆ। ਸੋਰੀ ਮੈਂ ਲੇਟ ਹੋ ਗਿਆ, ਉਹ ਕਿਉਂਕਿ ਨਾ ਮੇਰਾ ਟਾਈਮ ਨਹੀਂ ਲੱਗਿਆ ਉਹਨੂੰ ਪਾਉਣ ਦਾ ਵਲੋਗ ਨੂੰ, ਕਰਕੇ ਉਹਨੂੰ ਮੈਂ ਅੱਜ ਅਪਲੋਡ ਕਰੂੰਗਾ। ਅਤੇ ਹੋਪ ਕਰਦਾ ਕਿ ਤੁਸੀਂ ਸਾਰੇ ਇੰਜੋਏ ਕਰੋਗੇ। ਅਤੇ ਜੇ ਤੁਸੀਂ ਵਲੋਗ ਨੂੰ ਇੰਜੋਏ ਕੀਤਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਕਮੈਂਟ ਕਰ ਦਿਓ, ਅਤੇ ਸ਼ੇਅਰ ਕਰ ਦਿਓ। ਹੁਣ ਅਸੀਂ ਆ ਗਏ ਹਾਂ ਤਲਵੰਡੀ ਸਾਬੋ, ਅਤੇ ਆ ਇੱਥੇ ਦੀਆਂ ਜਿਹੜੀਆਂ ਸਟਰੀਟ ਲਾਈਟਸ ਨੇ ਨਾ, ਆਹ ਦੇਖੋ ਜਿਹੜੀਆਂ ਫੁੱਟਪਾਥ ਦੇ ਉੱਤੇ ਲੱਗੀਆਂ ਹੋਈਆਂ, ਇਹ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ। ਤਾਂ ਜਾਂਦੇ ਜਾਂਦੇ ਰਸਤੇ ਦੇ ਵਿੱਚ ਅਸੀਂ ਇੱਥੇ ਰੁਕੇ ਸੀ ਸੰਗਰੂਰ ਜ਼ਿਲ੍ਹੇ ਦੇ ਡਸਕਾ ਪਿੰਡ ਦੇ ਵਿੱਚ। ਇੱਥੇ ਇੱਕ ਵੈਦ ਰਹਿੰਦਾ, ਉਹ ਕਿਸੇ ਵੀ ਪ੍ਰੋਬਲਮ ਦੀ ਸਰਕਾਰੀ ਦਵਾਈ ਦਿੰਦੇ ਨੇ, ਅਤੇ ਮੇਰੇ ਡੈਡੀ ਨੂੰ ਬੈਕ ਪੇਨ ਦੀ ਪ੍ਰੋਬਲਮ ਸੀ ਤਾਂ ਕਰਕੇ ਅਸੀਂ ਇੱਥੇ ਦਵਾਈ ਲੈਣ ਆਏ ਸੀ। ਅਤੇ ਇੱਥੇ ਕਾਫੀ ਭੀੜ ਸੀ, ਆ ਤੁਸੀਂ ਇੱਥੋਂ ਦੇਖ ਸਕਦੇ ਹੋ, ਕਾਫੀ ਗੱਡੀਆਂ ਖੜੀਆਂ ਨੇ ਅਤੇ ਮੁਸ਼ਕਿਲ ਨਾਲ ਹੀ ਵਾਰੀ ਆਉਂਦੀ ਹੈ। ਇਹਨਾਂ ਦਾ ਵੈਦ ਦਾ ਯੂਟਿਊਬ 'ਤੇ ਵੀ ਇੱਕ ਚੈਨਲ ਹੈ, ਉਹ ਵੀ ਕਾਫੀ ਪਾਪੂਲਰ ਹੈ, ਜ਼ਿਆਦਾਤਰ ਲੋਕ ਤਾਂ ਉਸ ਚੈਨਲ ਨੂੰ ਹੀ ਦੇਖ ਕੇ ਆਏ ਹੋਏ ਸੀ ਇੱਥੇ ਦਵਾਈ ਲੈਣ। ਤਾਂ ਬਸ ਇੱਥੇ ਜਾ ਕੇ ਅਸੀਂ ਘਰ ਪਹੁੰਚ ਗਏ ਸੀ ਪਿੰਡ ਵਾਲੇ ਘਰ, ਅਤੇ ਮੇਰੇ ਮੰਮੀ ਨੇ ਉਤਰ ਕੇ ਤਾਲਾ ਖੋਲ੍ਹਿਆ ਅੰਦਰ ਦੀ ਤਾਂ ਕਿ ਡੈਡੀ ਗੱਡੀ ਅੰਦਰ ਲਾ ਸਕਣ, ਅਤੇ ਮੈਨੂੰ ਕਿਹਾ ਕਿ ਤੂੰ ਦੁੱਧ ਲੈ ਆ ਮਾਸੀ ਕੇ ਘਰੋਂ। ਮਾਸੀ ਤਾਈ, ਤਾਈ ਕਹਿ ਮਾਸੀ ਕਹਿੰਦੇ ਹੁੰਦੇ ਅਸੀਂ ਤਾਈ ਨੂੰ। ਅਤੇ ਬਸ ਫਿਰ ਮੈਂ ਜਾ ਕੇ ਤਾਈ ਕੇ ਘਰੋਂ ਦੁੱਧ ਲੈ ਕੇ ਆਇਆ ਚਾਹ ਬਣਾਉਣ ਵਾਸਤੇ, ਅਤੇ ਉਸ ਤੋਂ ਬਾਅਦ ਮੈਂ ਥੱਕ ਗਿਆ ਸੀ, ਥੋੜ੍ਹਾ ਜਿਹਾ ਰੈਸਟ ਕੀਤਾ, ਅਤੇ ਅਗਲੇ ਦਿਨ ਸਾਰਿਆਂ ਨੂੰ ਮਿਲ ਕੇ ਆਇਆ। ਅਤੇ ਉਸ ਦੀ ਮੈਂ ਇੱਕ ਵੀਡੀਓ ਬਣਾਈ ਹੈ, ਉਹ ਵੀ ਮੇਰੇ ਚੈਨਲ ਦੇ ਉੱਤੇ ਹੀ ਹੈ।